ਪਟਿਆਲਾ ਜੇਲ੍ਹ ਵਿੱਚ ਕੈਦੀ ਦੀ ਕੁੱਟਮਾਰ ਦਾ ਮਾਮਲਾ, ਪ੍ਰਸ਼ਾਸਨ ਨੇ ਦਿੱਤਾ ਆਪਣਾ ਪੱਖ। ਬੀਤੇ ਦਿਨੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਦੀ ਕੁੱਟਮਾਰ ਨਾਲ ਸੰਬੰਧਿਤ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਸਨ। ਇਸ ਵੀਡੀਓ 'ਤੇ ਆਪਣਾ ਪੱਖ ਰੱਖਦਿਆਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਰਾਜਨ ਕਪੂਰ ਨੇ ਕਿਹਾ ਕਿ ਜਦੋਂ ਤੱਕ ਵੀਡੀਓ ਦਾ ਸੱਚ ਸਾਹਮਣੇ ਨਹੀਂ ਆ ਜਾਂਦਾ ਉਦੋਂ ਤੱਕ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਪਹਿਲੀ ਗੱਲ ਤਾਂ ਇਹ ਵੀ ਜਿਹੜਾ ਇਹ ਵੀਡੀਓ ਹੈ ਇਹਦੀ ਔਥੈਂਟਿਸਿਟੀ ਨਹੀਂ ਹੈ ਵੀ ਇਹ ਕਿਹੜੀ ਜੇਲ੍ਹ ਦਾ ਅਤੇ ਕਿਸ ਕਦੋਂ ਦਾ ਬਣਿਆ, ਕਿਉਂਕਿ ਵੀਡੀਓ ਆਪਾਂ ਆਮ ਦੇਖਦੇ ਹਾਂ ਵੀ ਉਹਨਾਂ ਨਾਲ ਟੈਂਪਰਿੰਗ ਬੜੀ ਹੋ ਜਾਂਦੀ ਹੈ, ਉੱਤੇ ਆਵਾਜ਼ ਕਿਸੇ ਹੋਰ ਦੀ ਹੁੰਦੀ ਹੈ, ਆਵਾਜ਼ ਸੁਪਰ ਇੰਪੋਜ਼ ਹੋ ਜਾਂਦੀ ਹੈ ਅਤੇ ਸੁਪਰ ਇੰਪੋਜ਼ ਹੋ ਕੇ ਕੁਛ ਵੀ ਕਰ ਦਿੰਦੇ। ਬੇਸਿਕਲੀ ਇਹ ਬਲੈਕਮੇਲਿੰਗ ਦਾ ਟੈਕਟਿਕ ਹੈ, ਕਿਉਂਕਿ ਸਪਲਾਈ ਲਾਈਨ ਜਿਹੜੀ ਅੰਦਰ ਕੁਛ ਬੰਦੇ ਜਿਹੜੇ ਨਸ਼ਿਆਂ 'ਚ ਇਨਵੋਲਵ ਸੀਗੇ ਉਹਨੇ ਸਪਲਾਈ ਲਾਈਨ ਮੈਂ 31 ਤਰੀਕ ਨੂੰ 6 ਬੰਦਿਆਂ ਦੇ ਪਰਚਾ ਦੇ ਕੇ ਤੋੜੀ ਹੈ। ਉਹਨਾਂ ਨੂੰ ਅਸੀਂ ਇਸੇ ਤਹਿਤ ਇੱਥੋਂ ਜੇਲ੍ਹ ਤੋਂ ਸ਼ਿਫਟ ਵੀ ਕੀਤਾ ਪ੍ਰਬੰਧਕੀਦਾਰ ਅਤੇ ਏ ਡੀ ਸਾਹਿਬ ਦੇ ਹੁਕਮ ਲੈ ਕੇ, ਅਤੇ ਮੰਤਰੀ ਸਾਹਿਬ ਦਾ ਅਤੇ ਏ ਡੀ ਸਾਹਿਬ ਦਾ ਹੁਕਮ ਸੀ ਵੀ ਪਹਿਲਾਂ ਗੈਂਗਸਟਰਸ ਨੂੰ ਕਾਬੂ ਕੀਤਾ ਜਾਏ ਅਤੇ ਫਿਰ ਨਸ਼ਿਆਂ ਦਾ ਖਿਲਾਫ, ਅਤੇ ਸਰਕਾਰ ਦਾ ਹੁਕਮ ਮੰਨਦੇ ਹੋਏ ਅਸੀਂ ਨਸ਼ਿਆਂ ਦੀ ਜਿਹੜੀ ਸਪਲਾਈ ਲਾਈਨ ਹੈ ਤੋੜੀ ਹੈ। ਇਹ ਸਾਰਾ ਉਹਦਾ ਹੀ ਰਿਜ਼ਲਟ ਹੈ ਵੀ ਜਿਹੜਾ ਇਹਨਾਂ ਨੇ ਐਲੀਗੇਸ਼ਨਸ ਲਾਏ ਹੈ, ਕਿਉਂਕਿ ਇਹ ਜੇਲ੍ਹ ਸਟਾਫ ਦਾ ਮਨੋਬਲ ਜਿਹੜਾ ਉਹ ਡੇਗਣਾ ਚਾਹੁੰਦੇ ਇਸ ਤਰ੍ਹਾਂ ਦੇ ਝੂਠੇ ਐਲੀਗੇਸ਼ਨਸ ਲਾ ਕੇ ਵੀ, ਤਾਂ ਜੋ ਕੱਲ੍ਹ ਨੂੰ ਕੋਈ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਹੋ ਸਕੇ। ਜਿਹੜੇ ਬੰਦਿਆਂ ਕੋਲੋਂ ਬਰਾਮਦਗੀ ਹੋਈ ਹੈ ਉਹ ਵੀ ਅਸੀਂ ਪੁਲਿਸ ਨਾਲ ਤਾਲਮੇਲ ਕਰਕੇ ਇਹ ਵੀ ਸਾਨੂੰ ਦੱਸਿਆ ਜਾਵੇ ਵੀ ਕੌਣ ਬੰਦੇ ਇਹਦੇ 'ਚ ਸ਼ਾਮਲ ਨੇ, ਜਿਹੜੇ ਜੇਲ੍ਹਾਂ 'ਚ ਜੇਲ੍ਹ ਪਟਿਆਲਾ ਜੇਲ੍ਹ 'ਚ ਹੋਰ ਨੇ ਜਿਹੜੇ ਇਹ ਕੰਮ ਕਰਾ ਰਹੇ ਨੇ। ਇਹ ਇਸ ਵੇਲੇ ਇਹਨਾਂ 'ਚ ਖਲਬਲੀ ਮਚੀ ਹੋਈ ਹੈ ਇਸ ਗੱਲ ਦੀ, ਜਿਹੜੇ ਇਹ ਕੰਮ ਗਲਤ ਕੰਮ ਕਰਦੇ ਆ। ਜੇਲ੍ਹ 'ਚ 99% 98% ਬੰਦੇ ਜਿਹੜੇ ਆ ਉਹ ਲਾਅ ਅਬਾਈਡਿੰਗ ਹੁੰਦੇ, 1-2% ਹੀ ਹੁੰਦੇ ਜਿਹੜੇ ਨਸ਼ਿਆਂ ਦਾ ਕੰਮ ਕਰਨਾ, ਲੜਾਈ ਝਗੜੇ ਕਰਨੇ, ਉਹੀ ਹੁੰਦੇ, ਬਾਕੀ ਦਾ ਕੋਈ ਇਸ਼ੂ ਨਹੀਂ ਹੈ। ਬਾਕੀ ਜੇਲ੍ਹ 'ਚ ਪ੍ਰੋਬਲਮ ਨਹੀਂ ਆਉਂਦੀ, ਅਤੇ ਉਹ ਬੰਦਿਆਂ ਨੂੰ ਹੀ ਪ੍ਰੋਬਲਮ ਆਈ ਹੈ ਕਿਉਂਕਿ ਉਹਨਾਂ ਨੂੰ ਕਦੀ ਕਿਸੇ ਨੇ ਹੱਥ ਨਹੀਂ ਪਾਇਆ ਸੀ, ਅਤੇ ਜੇ ਕੋਈ ਉਹਨਾਂ ਦੇ ਉਲਟ ਚੱਲੇਗਾ ਕੋਈ ਅਫਸਰ ਤਾਂ ਉਹਨਾਂ ਦੀ ਸ਼ਿਕਾਇਤ ਤਾਂ ਕਰਨਗੇ। ਸਰ ਜਿਵੇਂ ਮੈਂ ਇਹ ਦੱਸਣਾ ਚਾਹੂੰਗਾ ਵੀ ਮੈਂ ਇਹੋ ਜਿਹੀ ਜਿਹੜੀ ਨਿਊਜ਼ ਹੈ ਜਾਂ ਕੋਈ ਇਹੋ ਜਿਹੀ, ਮੈਂ ਇਹਨਾਂ ਤੋਂ ਡਰਨ ਵਾਲਾ ਨਹੀਂ, ਮੈਂ ਇਹਨਾਂ ਨੂੰ ਪੜ੍ਹਨਾ ਹੀ ਪੜ੍ਹਨਾ। ਸਰ ਜਿਹੜੀ ਵੀਡੀਓ ਆ ਉਹਦੇ ਵਿੱਚ ਸਾਫ਼ ਮਤਲਬ ਅੰਦਰ ਦੀ ਸ਼ੋਟ ਜਿਹੜੇ ਦੇਖੇ ਜਾ ਰਹੇ ਨੇ ਅਤੇ ਕਈ ਅਫਸਰਾਂ ਦੇ ਜਿਹੜੇ ਨਾਂ ਵੀ ਵਗੈਰਾ ਦਿੱਤੇ ਗਏ ਨੇ, ਅਤੇ ਪਹਿਲੀ ਗੱਲ ਇਹ ਤਾਂ ਵੀਡੀਓ ਬਣੀ ਕਿਵੇਂ ਅੰਦਰ, ਕੈਦੀ ਵੱਲੋਂ ਵਾਇਰਲ ਕੀਤੀ ਗਈ ਹੈ ਜਾਂ ਬਣਾਈ ਗਈ ਹੈ ਖੁਦ? ਉਹ ਜਿਹੜਾ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਵੀ ਔਥੈਂਟਿਸਿਟੀ ਵੀ ਉਹਦਾ ਇਹ ਨਹੀਂ ਪਤਾ ਵੀ ਉਹ ਵੀਡੀਓ ਕਦੋਂ ਬਣਾਈ, ਕਿਹੜੀ ਜੇਲ੍ਹ ਦੀ ਬਣਾਈ ਹੈ, ਆਵਾਜ਼ ਸੁਪਰ ਇੰਪੋਜ਼ ਹੋ ਜਾਂਦੀ ਹੈ, ਉਹ ਤੁਸੀਂ ਤੁਹਾਨੂੰ ਸਭ ਕੁਝ ਪਤਾ ਵੀ ਕਿਵੇਂ ਹੁੰਦੀ ਹੈ ਸੁਪਰ ਇੰਪੋਜ਼, ਉੱਤੋਂ ਉਹਨੂੰ ਕਿਵੇਂ ਐਡਿਟ ਕੀਤਾ ਜਾਂਦਾ, ਉਹ ਸਭ ਕੁਝ ਹੁੰਦਾ। ਅਤੇ ਇਹ ਬਲੈਕਮੇਲਿੰਗ ਦੇ ਟੈਕਟਿਕਸ ਪਹਿਲਾਂ ਕਿਉਂ ਨਹੀਂ ਕੱਢੀਆਂ ਇਹਨਾਂ ਨੇ, ਮੈਨੂੰ 1 ਸਾਲ ਹੋ ਗਿਆ ਜੀ ਇੱਥੇ, ਹੁਣ ਜਦੋਂ ਇਹਨਾਂ ਦੇ ਹੱਥ ਪੈ ਗਿਆ ਵੀ ਪਰਚਾ ਦਰਜ ਹੋ ਗਿਆ, ਉਸ 'ਚ ਕਾਰਵਾਈ ਇਹ ਹੋ ਗਈ ਵੀ ਦੱਸਿਆ ਜਾਵੇ ਵੀ ਕੌਣ ਕੌਣ ਨੇ ਇਹਦੇ 'ਚ ਇਨਵੋਲਵ, ਬਸ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਅਸੀਂ ਫੜ ਜਾਵਾਂਗੇ, ਔਰ ਫੜਨੇ ਹੀ ਫੜਨੇ, ਛੱਡਣੇ ਨਹੀਂ। ਪਟਿਆਲਾ ਤੋਂ ਅਜੀਤ ਵੈਬ ਟੀਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ।